ਹੋਰ ਤੁਸੀਂ ਠੀਕ ਠਾਕ ਹੋ ਵਧੀਆ ਕੰਮ ਚੱਲ ਰਿਹਾ ਬਾਈ ਸਰ ਉਹ ਹਾਂ ਨਾ ਕਰੀਦੀ ਹੁੰਦੀ ਆ ਠੀਕ ਠਾਕ ਹੋ ਠੀਕ ਆ ਵੀ ਜਸ ਐਕਸਾਈਟਡ ਕਿ ਹੁਣ ਆਡੀਅנסਸ ਕੀ ਰਿਸਪੌਂਸ ਦੇਣਗੇ ਐਂਡ ਮੈਨੂੰ ਯਕੀਨ ਹੈ ਕਿ ਸਾਰਿਆਂ ਨੂੰ ਬਹੁਤ ਵਧੀਆ ਲੱਗੇਗਾ ਤੁਹਾਨੂੰ ਇਸ ਫਿਲਮ ਦੇ ਵਿੱਚ ਕੁਝ ਵੀ ਚੰਗਾ ਲੱਗਦਾ ਤਾਂ ਮੇਰੀ ਇਹ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਵੀ ਆਪਣੇ ਜਿਹੜੇ ਵੀ ਜ਼ਿਹਨ ਦੇ ਵਿੱਚ ਜੋ ਫਿਲਮ ਦੇਖ ਕੇ ਜੋ ਬੋਲ ਆਉਂਦੇ ਨੇ ਉਹਨੂੰ ਤੁਸੀਂ ਜ਼ਰੂਰ ਸ਼ੇਅਰ ਕਰੋ ਕਿਉਂਕਿ ਤੁਹਾਡੇ ਕਰਕੇ ਇਹ ਸਾਰਾ ਕੁਝ ਪੋਸੀਬਲ ਹੋਣਾ ਹੈ ਕਿਉਂਕਿ ਜੇ ਮੈਂ ਮੇਰੀ ਜੇ ਪਰਸਨਲ ਤੁਸੀਂ ਪੁੱਛੋ ਤਾਂ ਮੈਂ ਜੋ ਟੀਮ ਦੇ ਨਾਲ ਰਲ ਕੇ ਕੰਮ ਕੀਤਾ ਮੈਂ ਬਹੁਤ ਸੈਟੀਸਫਾਈ ਹਾਂ ਪਰਮਾਤਮਾ ਅੱਗੇ ਮਿਹਨਤ ਨੂੰ ਰੰਗ ਲਾਉਂਦਾ ਹੀ ਆ ਅਤੇ ਮੈਂ ਆਸ ਕਰੂੰਗਾ ਵੀ ਇਹ ਫਿਲਮ ਵੀ ਐਸਾ ਰੰਗ ਚਾੜੂਗੀ ਪੰਜਾਬੀ ਇੰਡਸਟਰੀ 'ਤੇ ਵੀ ਉਮੀਦ ਕਰਨਾ ਬਹੁਤ ਚੰਗਾ ਹਮੇਸ਼ਾ ਬਹੁਤ ਮਿਹਨਤ ਨਾਲ ਬਣਦੀ ਹੈ ਅਸੀਂ ਸਾਰੀ ਟੀਮ ਚਾਹੁੰਦੇ ਹਾਂ ਕਿ ਤੁਸੀਂ ਫਿਲਮ ਦੇਖੋ ਅਤੇ ਫਿਲਮ ਦੇਖ ਕੇ ਤੁਹਾਡੇ ਜੋ ਵੀ ਤੁਹਾਡੇ ਵਿਊਜ਼ ਨੇ ਜਾਂ ਜਜ਼ਬਾਤ ਨੇ ਜਾਂ ਜੋ ਵੀ ਤੁਹਾਡਾ ਪਹਿਲਾ ਥਾਟ ਹੈ ਸਾਨੂੰ ਦੱਸਿਓ ਅਸੀਂ ਫਿਲਮ ਨਾਲ ਜਦੋਂ ਜੁੜੇ ਸੀ ਤਾਂ ਇੱਕ ਰੂਹ ਤੋਂ ਜੁੜੇ ਹੋਏ ਹਾਂ ਅਤੇ ਇਹਦੀ ਵੇਟ ਬਹੁਤ ਸੀ ਕਿ ਫਿਲਮਾਂ ਮਤਲਬ ਤੁਹਾਡੀ ਜ਼ਿੰਦਗੀ ਨਾਲ ਸੰਬੰਧਿਤ ਚੀਜ਼ਾਂ ਹੈਗੀਆਂ ਨੇ ਲਿਟਰੇਚਰ ਹੈਗਾ ਪਰ ਤੁਹਾਨੂੰ ਇਸ਼ਾਰੇ 'ਚ ਇਹੋ ਜਿਹੀ ਕਰੇਗੀ ਕਿ ਤੁਸੀਂ ਆਪਦੀ ਜ਼ਿੰਦਗੀ ਜਿਹੜੀ ਤੁਹਾਡੀ ਮਹੱਤਵਪੂਰਨ ਹੈ ਇਹਨੂੰ ਗਲਤ ਪਾਸੇ ਉਹ ਹੀ ਨਹੀਂ ਵੈਸੇ ਵੇਸਟ ਕਰੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੇਸੀ ਚੈਨਲ ਤੁਹਾਡੇ ਨਾਲ ਹਾਂ ਸਿਮਰਨ ਹੰਸ ਅੱਜ ਅਸੀਂ ਪਹੁੰਚੇ ਹਾਂ ਜ਼ਿੰਦਗੀ ਜ਼ਿੰਦਾਬਾਦ ਫਿਲਮ ਦੀ ਸਕ੍ਰੀਨਿੰਗ ਤੇ ਸਕ੍ਰੀਨਿੰਗ ਦਾ ਮਾਹੌਲ ਦਿਖਾਵਾਂਗੇ ਸਟਾਰ ਕਾਸਟ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਦਰਸ਼ਕਾਂ ਨੂੰ ਪੁੱਛਾਂਗੇ ਉਹਨਾਂ ਨੂੰ ਇਹ ਫਿਲਮ ਕਿਹੋ ਜਿਹੀ ਲੱਗ ਰਹੀ ਹੈ ਆਓ ਚੱਲਦੇ ਆਪਾਂ ਵੀ ਫਿਲਮ ਵੇਖਣ ਥੈਂਕ ਯੂ ਸੋ ਮਚ ਜੀ ਪਹਿਲਾਂ ਤਾਂ ਤੁਸੀਂ ਸਾਡੇ ਸੱਦੇ ਤੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਡੂਇੰਗ ਪ੍ਰਮੋਸ਼ਨ ਤੁਹਾਡੀ ਬਹੁਤ ਗੁੱਡ ਰਹੀ ਸੋ ਸਾਡੀ ਟੀਮ ਸਾਡਾ ਬਹੁਤ ਥੈਂਕ ਯੂ ਕਰਦੀ ਹੈ ਦਿਲੋਂ ਧੰਨਵਾਦ ਕਰਦੀ ਹੈ ਅਤੇ ਸਾਡੀ ਮਿਹਨਤ ਹੈ ਕਿ ਫਿਲਮ ਹਮੇਸ਼ਾ ਬਹੁਤ ਮਿਹਨਤ ਨਾਲ ਬਣਦੀ ਹੈ ਅਸੀਂ ਸਾਰੀ ਟੀਮ ਚਾਹੁੰਦੇ ਹਾਂ ਕਿ ਤੁਸੀਂ ਫਿਲਮ ਦੇਖੋ ਅਤੇ ਫਿਲਮ ਦੇਖ ਕੇ ਤੁਹਾਡੇ ਜੋ ਵੀ ਤੁਹਾਡੇ ਵਿਊਜ਼ ਨੇ ਜਾਂ ਜਜ਼ਬਾਤ ਨੇ ਜਾਂ ਜੋ ਵੀ ਤੁਹਾਡਾ ਪਹਿਲਾ ਥਾਟ ਹੈ ਸਾਨੂੰ ਦੱਸਿਓ ਕਿਉਂਕਿ ਫਿਲਮ ਹਮੇਸ਼ਾ ਇੱਕ ਬਹੁਤ ਟਫ ਮੀਡੀਅਮ ਰਿਹਾ ਸਪੈਸ਼ਲੀ ਪੰਜਾਬੀ ਸੋ ਅਸੀਂ ਰਿਕੁਐਸਟ ਕਰਦੇ ਹਾਂ ਸਪੋਰਟ ਕਰਿਓ ਜੋ ਵੀ ਤੁਹਾਡੇ ਵਿਊਜ਼ ਹੋਣ ਦਿਸ ਲੈਟ ਅਸ ਨੋ ਸਾਨੂੰ ਬਹੁਤ ਚੰਗਾ ਲੱਗੂ ਬਸ ਥੈਂਕ ਯੂ ਸੋ ਮਚ ਹਾਂਜੀ ਸੋ ਸੇਮ ਹਾਂਜੀ ਸੋ ਥੈਂਕ ਯੂ ਐਵਰੀ ਵਨ ਫੋਰ ਕਮਿੰਗ ਫਸਟ ਆਫ ਆਲ ਸੋ ਕਾਫੀ ਟਾਈਮ ਤੋਂ ਅਸੀਂ ਵੀ ਵੇਟ ਕਰ ਰਹੇ ਹਾਂ ਐਂਡ ਆਈ ਫੀਲ ਕਿ ਸਾਰੇ ਜਿੰਨੇ ਵੀ ਸਾਡੀ ਫਿਲਮ ਨਾਲ ਜੁੜੇ ਨੇ ਸਾਰੇ ਫਿਲਮ ਵੀ ਕਾਫੀ ਟਾਈਮ ਤੋਂ ਵੇਟ ਕਰ ਰਹੇ ਸੀ ਐਂਡ ਵੇਰ ਐਕਸਾਈਟਿਡ ਜਿੱਦਣ ਵੀ ਆਈ ਗੈਸ ਮੂਵੀ ਦੀ ਰਿਲੀਜ਼ ਹੁੰਦੀ ਆ ਕਿਸੇ ਵੀ ਮੂਵੀ ਰਿਲੀਜ਼ ਹੁੰਦੀ ਆ ਸੋ ਇੱਕ ਨਰਵਸਨੈਸ ਐਂਡ ਐਕਸਾਈਟਮੈਂਟ ਦਾ ਮਿਕਸਚਰ ਜਿਹਾ ਹੁੰਦਾ ਸੋ ਵੇ ਆਰ ਵੈਰੀ ਐਕਸਾਈਟਿਡ ਪੂਰੀ ਟੀਮ ਬਹੁਤ ਟਾਈਮ ਤੋਂ ਕਾਫੀ ਐਕਸਾਈਟਿਡ ਹੈ ਸੋ ਸਾਡੇ ਹੁਣ ਪ੍ਰਮੋਸ਼ਨ ਸਭ ਡਨ ਐਂਡ ਹੋ ਗਏ ਵੇਰ ਜਸਟ ਐਕਸਾਈਟਿਡ ਕਿ ਹੁਣ ਆਡੀਅੰਸਿਸ ਕੀ ਰਿਸਪੌਂਸ ਦੇਣਗੇ ਐਂਡ ਮੈਨੂੰ ਯਕੀਨ ਹੈ ਕਿ ਸਾਰਿਆਂ ਨੂੰ ਬਹੁਤ ਵਧੀਆ ਲੱਗੇ ਥੈਂਕ ਯੂ ਬਸ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਅਸੀਂ ਫਿਲਮ ਨਾਲ ਜਦੋਂ ਜੁੜੇ ਸੀ ਤਾਂ ਇੱਕ ਰੂਹ ਤੋਂ ਜੁੜੇ ਹੋਏ ਹਾਂ ਅਤੇ ਇਹਦੀ ਵੇਟ ਬਹੁਤ ਸੀ ਅਤੇ 4-5 ਸਾਲ ਹੋਏ ਅਤੇ ਉਹਦੇ ਵਿੱਚ ਇੱਕ ਮੇਰੀ ਗੁੜੀਆ ਬਣਾਈ ਸੀ ਉਹ ਵੀ ਐਡੀ ਹੋ ਗਈ ਹੁਣ ਅਤੇ ਥੈਂਕ ਯੂ ਸੋ ਮੱਚ ਬਸ ਉਮੀਦਾਂ ਨੇ ਅਤੇ ਐਸੀ ਫੀਲਿੰਗ ਐਸਾ ਐਕਸਾਈਟਮੈਂਟ ਹੈ ਇਹ ਫੀਲਿੰਗ ਨੂੰ ਐਕਸਪ੍ਰੈਸ ਨਹੀਂ ਕੀਤਾ ਜਾ ਸਕਦਾ ਪਤਾ ਨਹੀਂ ਸੋ ਫਿਲਮ ਤੋਂ ਬਾਅਦ ਹੀ ਦੇਖਾਂਗੇ ਕੀ ਬਣਦਾ ਪਰ ਐਂ ਵੀ ਐਕਸਾਈਟਡ ਹਾਂ ਬਹੁਤ ਖੁਦ ਹੀ 4 ਸਾਲਾਂ ਤੋਂ ਐਕਸਾਈਟਮੈਂਟ ਵੱਧਦੀ ਜਾ ਰਹੀ ਸੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੁਸੀਂ ਸਾਥ ਦੇ ਰਹੇ ਹੋ ਬਾਕੀ ਆਡੀਅੰਸ ਨੂੰ ਇਹ ਹੈ ਵੀ ਫਿਲਮ ਦੇਖ ਕੇ ਜੋ ਵੀ ਤੁਹਾਡੇ ਵੈਲਿਊਬਲ ਵਿਊਜ਼ ਹੋਣਗੇ ਪਲੀਜ਼ ਸਾਨੂੰ ਦੱਸਿਓ ਸੋ ਥੈਂਕ ਯੂ ਸੋ ਮੱਚ ਕਰ ਲਓ ਯਾਰ ਹਿੰਦੀ ਮੈਂ ਬਾਤ ਕਰੇਂਗੇ ਸਰ ਹਿੰਦੀ ਮੈਂ थैंक यू ऑल मीडिया एंड ऑल दर्शक हमारी बहुत अच्छी फिल्म है जरूर देखने आप आएंगे आप लोग प्लीज शेयर और लाइक और थैंक यू मुबारक जी पूरी टीम नू ਬਹੁਤ ਹੀ ਡਿਫਰੈਂਟ ਸਬਜੈਕਟ ਲੈ ਕੇ ਆਏ ਨੇ ਔਰ ਬਹੁਤ ਚੰਗਾ ਲੱਗਦਾ ਜਦੋਂ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਤੇ ਫਿਲਮਾਂ ਬਣਦੀਆਂ ਨੇ ਮੈਂ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦੀ ਹਾਂ ਔਰ ਮੈਨੂੰ ਪੂਰੀ ਉਮੀਦ ਹੈ ਕਿ ਫਿਲਮ ਲੋਕਾਂ ਦੇ ਵਿੱਚ ਸੱਚਮੁੱਚ ਇੱਕ ਚੰਗਾ ਸੁਨੇਹਾ ਲੈ ਕੇ ਜਾਏਗੀ ਬਹੁਤ ਬਹੁਤ ਮੁਬਾਰਕ ਜ਼ਿੰਦਗੀ ਜ਼ਿੰਦਾਬਾਦ ਦੀ ਸਪੈਸ਼ਲ ਸਕ੍ਰੀਨਿੰਗ 'ਤੇ ਅਸੀਂ ਮੌਜੂਦ ਹਾਂ ਸਾਡੇ ਨਾਲ ਮੌਜੂਦ ਨੇ ਫਿਲਮ ਦੇ ਐਕਟਰ ਸੈਮੂਅਲ ਜੌਨ ਗੱਲਬਾਤ ਕਰਾਂਗੇ ਸਰ ਦੇ ਨਾਲ ਸਰ ਅਸੀਂ ਖੜੇ ਰਹੀਏ ਨਾ ਇਕੱਠੇ ਖੜੇ ਰਹੀਏ ਅਸੀਂ ਇਹ ਮਿੰਟੂ ਆ ਮਿੰਟੂ ਗੁਰੂਸਰੀਆ ਜਿਹਦੇ ਜ਼ਿੰਦਗੀ ਅਤੇ ਇਹਦੇ ਨਾਲ ਦੇ ਦੋਸਤਾਂ ਮਿੱਤਰਾਂ 'ਤੇ ਫਿਲਮ ਬਣੀ ਹੈ ਅੱਜ ਸਾਰਾ ਰਿਲੀਜ਼ ਹੋਣ ਜਾ ਰਹੀ ਹੈ ਸਾਰੇ ਲੋਕ ਇਕੱਠੇ ਹੋ ਰਹੇ ਆ ਦੇਖਣ ਵਾਸਤੇ
ਹੁਣ ਤੁਸੀਂ ਪੁੱਛੋ ਕੀ ਪੁੱਛਣਾ ਚਾਹੁੰਦੇ ਬਹੁਤ ਹੀ ਵਧੀਆ ਲੱਗ ਰਿਹਾ ਸਕਰੀਨਿੰਗ ਤੇ ਆ ਕੇ ਫਿਲਮ ਦੇਖਾਂਗੇ ਕਿਵੇਂ ਦੀ ਬਣੀ ਹੈ ਲੇਕਿਨ ਟ੍ਰੇਲਰ ਤੇ 뮤직 ਨੂੰ ਬਹੁਤ ਚੰਗਾ ਰਿਸਪੌਂਸ ਮਿਲਿਆ ਹੈ ਸੋ ਤੁਹਾਨੂੰ ਪਰਸਨਲੀ ਕੀ ਉਮੀਦਾਂ ਨੇ ਫਿਲਮ ਮੈਨੂੰ ਤਾਂ ਇਹੀ ਆ ਕਿ ਇਹ ਸਬਜੈਕਟ ਬਹੁਤ ਵਧੀਆ ਸੀ ਵੱਧ ਤੋਂ ਵੱਧ ਬੰਦਿਆਂ ਨੂੰ ਇੱਥੇ ਪਹੁੰਚਣਾ ਚਾਹੀਦਾ ਜਿਵੇਂ ਅੱਜ ਬਹੁਤ ਵੱਡੀ ਗਿਣਤੀ 'ਚ ਲੋਕ ਆਏ ਨੇ ਬਾਕੀ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਤੁਸੀਂ ਚਰਚਾ ਛੇੜਨੀ ਹੈ ਸੋ ਦਰਸ਼ਕਾਂ ਲਈ ਕੀ ਕਹੋਗੇ ਜਿਨ੍ਹਾਂ ਨੇ ਇਹ ਫਿਲਮ ਹਾਲੇ ਦੇਖਣੀ ਹੈ ਉਹਨਾਂ ਲਈ ਕੀ ਜਿਹੜੇ ਆ ਰਹੇ ਨੇ ਦੇਖਣ ਵਾਸਤੇ ਹਾਂ ਬਸ ਉਹ ਫਿਲਮ ਨੂੰ ਦੇਖਣ ਅਤੇ ਔਰ ਸਮਝਣ ਵੀ ਕੀ ਹੈ ਇਹਦੇ ਵਿੱਚ ਅਤੇ ਮੇਨਲੀ ਮੈਂ ਪਹਿਲਾਂ ਵੀ ਜਿੱਥੇ ਬਾਕੀ ਬਹੁਤ ਸਾਰੇ ਫਿਲਮ ਆਪਣੇ ਜ਼ਿਕਰ ਕੀਤਾ ਇੰਟਰਵਿਊਜ਼ ਦੇ ਵਿੱਚ ਕਿ ਫਿਲਮਾਂ ਮਤਲਬ ਤੁਹਾਡੀ ਜ਼ਿੰਦਗੀ ਨਾਲ ਸੰਬੰਧਿਤ ਚੀਜ਼ਾਂ ਹੈਗੀਆਂ ਨੇ ਲਿਟਰੇਚਰ ਹੈਗਾ ਪਰ ਤੁਹਾਨੂੰ ਇਸ਼ਾਰੇ 'ਚ ਇਹੋ ਜਿਹੀ ਕਰੇਗੀ ਕਿ ਤੁਸੀਂ ਆਪਦੀ ਜ਼ਿੰਦਗੀ ਜਿਹੜੀ ਤੁਹਾਡੀ ਮਹੱਤਵਪੂਰਨ ਹੈ ਇਹਨੂੰ ਗਲਤ ਪਾਸੇ ਉਹ ਹੀ ਨਹੀਂ ਵੈਸੇ ਵੇਸਟ ਕਰ ਦੇ ਥੈਂਕ ਯੂ ਸੋ ਮਚ ਸੋ ਫਿਲਮ ਦੇਖ ਕੇ ਬਾਕੀ ਦੀ ਗੱਲ ਕਰਦੇ ਨਾਲੇ ਪੁੱਛਾਂਗੇ ਵੀ ਕੀ ਕੀ ਚੀਜ਼ਾਂ ਨੇ ਓਕੇ ਓਕੇ ਥੈਂਕ ਯੂ ਵੈਰੀ ਮਚ ਸੋ ਵਿਕਰਮ ਚੌਹਾਨ ਮੌਜੂਦ ਨੇ ਜ਼ਿੰਦਗੀ ਜ਼ਿੰਦਾਬਾਦ ਦੀ ਸਪੈਸ਼ਲ ਸਕਰੀਨਿੰਗ ਤੇ ਪਹੁੰਚੇ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਕਰੀਨਿੰਗ ਤੇ ਪਹੁੰਚੇ ਪ੍ਰੇਮ ਸਿੰਘ ਸਿੱਧੂ ਨਿੰਜਾ ਮੈਂਡੀ ਮੈਮ ਬਹੁਤ ਸੋਹਣੀ ਫਿਲਮ ਹਮੇਸ਼ਾ ਸਿਨੇਮਾ ਦੇ ਨੇੜੇ ਦੀਆਂ ਫਿਲਮਾਂ ਬਣਾਉਂਦੇ ਨੇ ਪ੍ਰੇਮ ਬਾਈ ਅਤੇ ਨਿੰਜਾ ਬਾਈ ਬੜੀ ਲੰਬੀ ਦੌੜ ਕੇ ਆਇਆ ਹੈ ਬੰਦਾ ਕੌਨਸੈਪਟ 'ਚ ਆਪਣੇ ਪੰਜਾਬ ਦੇ ਰੂਟਸ ਨਾਲ ਜੁੜਿਆ ਹੈ ਕੌਨਟੈਕਟ ਅਤੇ ਕੰਟੈਂਟ ਬਾਰੇ ਗੱਲ ਕਰੀਏ ਤਾਂ ਆਪਾਂ ਫਿਲਮ ਦੇਖ ਕੇ ਬਾਅਦ 'ਚ ਉਹ ਤੋਂ ਬਾਅਦ ਇੱਕ ਵਾਰ ਫਿਰ ਬਾਈਟ ਕਰ ਟ੍ਰੇਲਰ 'ਚੋਂ ਫੇਵਰੇਟ ਸੀਨ ਕਿਹੜਾ ਹੈ ਟ੍ਰੇਲਰ 'ਚੋਂ ਫੇਵਰੇਟ ਸੀਨ ਦੇਖੋ ਸਾਰਾ ਟ੍ਰੇਲਰ ਹੀ ਮੈਨੂੰ ਬਹੁਤ ਵਧੀਆ ਲੱਗਦਾ ਹੁੰਦਾ ਮੈਨੂੰ ਹਰ ਫਿਲਮ ਵਧੀਆ ਲੱਗਦੀ ਹੈ ਪੰਜਾਬੀ ਇੰਡਸਟਰੀ ਦੀ ਇੱਕ ਚੀਜ਼ ਕੱਢਣੀ ਜਿਹੜੀ ਆ ਉਹ ਔਖੀ ਆ ਸਿਨਮੈਟਿਕ ਜੋ ਉਹਨੂੰ ਫਿਲਮਾਇਆ ਗਿਆ ਫਿਲਮ ਨੂੰ ਜਿਹੜੇ ਉਹ ਸੀਨਸ ਨੇ ਜੋ ਵੀ ਟ੍ਰੇਲਰ 'ਚ ਲੱਗੇ ਨੇ ਮੈਨੂੰ ਹਰ ਵਧੀਆ ਲੱਗ ਰਿਹਾ ਉਹਦਾ ਫਿਲਮਾਂਕਣ ਜਿਸ ਤਰ੍ਹਾਂ ਬੱਚਿਆਂ ਦਾ ਦੌੜਨਾ ਉਹ ਤੋਂ ਬਾਅਦ ਉਹਨਾਂ ਦਾ ਵੱਡੇ ਹੋਣਾ ਬਚਪਨ ਦੇ ਵਿੱਚ ਜਿਹੜੀ ਤੁਹਾਡੇ ਕੋਲ ਆਜ਼ਾਦੀ ਆ ਉਹਦਾ ਵੱਡੇ ਹੋ ਕੇ ਕਿੱਦਾਂ ਤੁਹਾਡੇ ਤੋਂ ਖੋਹ ਲਈ ਜਾਂਦੀ ਆ ਖੁਸ਼ ਜਾਂਦੀ ਆ ਸਮਾਜ ਵੱਲੋਂ ਉਹ ਸਾਰੀਆਂ ਚੀਜ਼ਾਂ ਮੈਨੂੰ ਚੰਗੀਆਂ ਲੱਗਦੀਆਂ ਨੇ ਸਮਾਜ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਡਰੱਗਸ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਅਜਿਹੀਆਂ ਜੋ ਸਾਡੇ ਯੂਥ ਲਈ ਹਾਨੀਕਾਰਕ ਨੇ ਸੋ ਅਜਿਹੇ ਸਬਜੈਕਟ 'ਤੇ ਫਿਲਮ ਬਣਨਾ ਕਿੰਨਾ ਕੁ ਜ਼ਰੂਰੀ ਸੀਗਾ ਬਹੁਤ ਜ਼ਰੂਰੀ ਆ ਇਸ ਸਬਜੈਕਟ 'ਤੇ ਵੀ ਹੋਰ ਸਬਜੈਕਟਸ 'ਤੇ ਵੀ ਜਿਹੜੇ ਸਾਡੇ ਯੂਥ ਨੂੰ ਮਤਲਬ ਕਿਸੇ ਬੁਰੇ ਰਾਹ 'ਤੇ ਲੈ ਕੇ ਜਾਂਦੇ ਨੇ ਕਾਰਨ ਇਹ ਨਹੀਂ ਹੈ ਕਿ ਕਈ ਵਾਰ ਅਗਲਾ ਕਹਿੰਦਾ ਯਾਰ ਯੂਥ ਨੂੰ ਕਿਉਂ ਦਿਖਾ ਰਹੇ ਹਾਂ ਚੀਜ਼ਾਂ ਯੂਥ ਨੂੰ ਦਿਖਾਉਣੀਆਂ ਚਾਹੀਦੀਆਂ ਨੇ ਜਿਹੜਾ ਤਾਂ ਗਿਆ ਹੋਇਆ ਉਹਨਾਂ ਨੂੰ ਤਾਂ ਅਸੀਂ ਮੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜੋ ਇਹਦਾ ਰਿਜ਼ਲਟ ਨਿਕਲਦਾ ਉਹ ਦੇਖ ਕੇ ਘੱਟੋ ਘੱਟ ਜਿਹੜੀ ਹੁਣ ਜਨਰੇਸ਼ਨ ਵੱਡੀ ਹੋ ਰਹੀ ਆ ਉਹ ਤਾਂ ਘੱਟੋ ਘੱਟ ਨਾ ਜਾਵੇ ਸੋ ਇਹ ਚੀਜ਼ ਜ਼ਰੂਰੀ ਆ ਸੋ ਵਿਕਰਮ ਵਿਕ ਦਾ ਅਗਲਾ ਕਿਹੜਾ ਪ੍ਰੋਜੈਕਟ ਹੈ ਆਪਣੇ ਦਰਸ਼ਕਾਂ ਲਈ ਵੀ ਦੱਸ ਦਿਓ ਕੀ ਆ ਰਿਹਾ ਹੈ ਅੱਗੇ ਆਪਾਂ ਅੱਕੜ ਬੱਕੜ ਰਿਲੀਜ਼ ਕਰ ਰਹੇ ਹਾਂ ਜੀ ਅੱਕੜ ਬੱਕੜ ਬੰਬੇ ਵੋ ਐਂਡ ਸਰੈਂਡਰ ਦੋ ਫਿਲਮਾਂ ਨੇ ਉਹ ਬਹੁਤ ਜਲਦ ਰਿਲੀਜ਼ ਹੋਣ ਵਾਲੀਆਂ ਨੇ ਅੱਕੜ ਬੱਕੜ ਅਪਰੋਕਸੀਮੇਟਲੀ ਆਪਾਂ ਜਨਵਰੀ 'ਚ ਰਿਲੀਜ਼ ਕਰਾਂਗੇ ਸਰੈਂਡਰ ਦੀ ਡੇਟ ਜਦੋਂ ਅਨਾਊਂਸ ਹੋਈ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਣਾ ਉਹਦਾ ਥੈਂਕ ਯੂ ਸੋ ਮਚ ਆਲ ਦਾ ਥੈਂਕ ਯੂ ਜੀ ਥੈਂਕ ਯੂ ਸੋਮਨ ਸਿੰਗਲਾ ਸਾਡੇ ਨਾਲ ਮੌਜੂਦ ਨੇ ਜ਼ਿੰਦਗੀ ਜ਼ਿੰਦਾਬਾਦ ਦੇ ਵਿੱਚ ਕਿਰਦਾਰ ਇਹਨਾਂ ਦਾ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਜੀ ਤੁਸੀਂ ਦੱਸੋ ਸੋ ਜ਼ਿੰਦਗੀ ਜ਼ਿੰਦਾਬਾਦ ਫਿਲਮ ਦੀ ਸਕਰੀਨਿੰਗ ਤੇ ਪਹੁੰਚਿਆ ਕਿਹੋ ਜਿਹਾ ਕਿਰਦਾਰ ਹੈ ਤੁਹਾਡਾ ਫਿਲਮ ਦੇ ਵਿੱਚ ਦਰਸ਼ਕਾਂ ਦਾ ਮੇਰਾ ਇੱਕ ਸਾਈਡ ਰੋਲ ਹੈ ਤੇ ਇਹ ਫਿਲਮ ਮੇਰੇ ਬ੍ਰਦਰ ਰਿਤਿਕ ਬਾਂਸਲ ਤੇ ਮੇਰੇ ਗਾਰਡੀਅਨ ਰਿੰਕੂ ਜੀ ਨੇ ਪ੍ਰੋਡਿਊਸ ਕੀਤੀ ਹੈ ਇਹਦੇ ਵਿੱਚ ਆਪਾਂ ਨੂੰ ਕਾਮੇਡੀ ਫਿਲਮਸ ਤੋਂ ਹਟ ਕੇ ਇਹ ਦੱਸਿਆ ਗਿਆ ਹੈ ਕਿ ਪਹਿਲਾਂ ਨਸ਼ਿਆਂ ਤੋਂ ਪਹਿਲਾਂ ਜ਼ਿੰਦਗੀ ਕਿਵੇਂ ਦੀ ਹੁੰਦੀ ਹੈ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਕਿਵੇਂ ਜ਼ਿੰਦਾਬਾਦ ਹੋ ਜਾਂਦੀ ਹੈ ਤਾਂ ਇਹਦੇ ਵਿੱਚ ਕਾਮੇਡੀ ਮੂਵੀਜ਼ ਤੋਂ ਹਟ ਕੇ ਇੱਕ ਬਹੁਤ ਮੋਟੀਵੇਸ਼ਨਲ ਮੂਵੀ ਹੈ ਬਹੁਤ ਚੰਗਾ ਮੈਸੇਜ ਦਿੱਤਾ ਜਾ ਰਿਹਾ ਸਾਰੇ ਆਡੀਅੰਸ ਨੂੰ ਕਿ ਆਪਣੀ ਜਿਹੜੀ ਸਿਨੇਮਾ ਦੀ ਮਤਲਬ ਸਾਰੀ ਫਿਲਮ ਸਿਟੀ ਇਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਮੂਵੀ ਇਹ ਇਹਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਲੈਸਨ ਇਹ ਹੈ ਕਿ ਵੀ 5 ਫਰੈਂਡਸ ਹੁੰਦੇ ਨੇ ਉਹ ਨਸ਼ੇ ਕਰਦੇ ਨੇ ਤੁਸੀਂ ਜਿਵੇਂ ਕਿ ਟ੍ਰੇਲਰ ਸਾਰਿਆਂ ਨੇ ਦੇਖਿਆ ਹੀ ਹੈ ਤਾਂ ਮਤਲਬ ਤੁਸੀਂ ਮੂਵੀ ਜ਼ਰੂਰ ਦੇਖਣਾ ਸਾਰਿਆਂ ਨੂੰ ਇਹੀ ਬੇਨਤੀ ਹੈ ਤੁਹਾਨੂੰ ਬਹੁਤ ਮੋਟੀਵੇਸ਼ਨਲ ਥਿੰਗ ਮਿਲੇਗੀ ਥੈਂਕ ਯੂ ਸੋ ਮਚ ਹਾਂਜੀ ਕੀ ਹਾਲ ਹੈ ਠੀਕ ਹੈ ਬਹੁਤ ਹੀ ਵਧੀਆ ਬਹੁਤ ਵਧੀਆ ਤੇ ਐਂਡ ਤੇ ਕਲਾਈਮੈਕਸ ਬਹੁਤ ਸੋ ਥੈਂਕ ਯੂ ਸੋ ਕੀ ਕਹੋਗੇ ਦਰਸ਼ਕ ਆਈ ਡੋਨਟ ਨੋ ਦਰਸ਼ਕ ਦੱਸਣਗੇ ਸੋ ਅਸੀਂ ਮਿਹਨਤ ਕੀਤੀ ਸੀ ਸੋ ਐਜ਼ ਅ ਐਕਟਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਨੂੰ ਪਸੰਦ ਤੁਸੀਂ ਆਜੋ ਬਾਹਰ ਆਪਾਂ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਕੀ ਜਾਂਦੇ ਦਰਸ਼ਕਾਂ ਲਈ ਕੁਝ ਹਾਂ ਫਿਲਮ ਦੇਖੋ ਬਸ ਇਹੀ ਕਹਿਣਾ ਤੇ ਹਾਂ ਜ਼ਿੰਦਗੀ ਜ਼ਿੰਦਾਬਾਦ ਕਰੋ ਸਾਰੇ ਜ਼ਿੰਦਗੀ ਜ਼ਿੰਦਾਬਾਦ ਕਰਨ ਹਾਂ ਜੀ ਜ਼ਿੰਦਗੀ ਜ਼ਿੰਦਾਬਾਦ ਹੈ ਬਾਕੀ ਹੁਣ ਆਡੀਅੰਸ ਦੱਸੂਗੀ ਇਸ ਤਰ੍ਹਾਂ ਕਰਤਾ ਜੋ ਕਰਨਾ ਸੀ ਸਤਿ ਸ਼੍ਰੀ ਅਕਾਲ ਮੈਂ ਕਾਸ਼ੀਨਾਥ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਜ਼ਿੰਦਗੀ ਜ਼ਿੰਦਾਬਾਦ ਦੇਖੀਏ ਕੀ ਕਹੋਗੇ ਜ਼ਿੰਦਗੀ ਜ਼ਿੰਦਾਬਾਦ ਫਿਲਮ ਜਿਹਨੇ ਵੀ ਦੇਖਣੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਕਿ ਉਹ ਪੂਰੀ ਦੇਖੇ ਕਿਉਂਕਿ ਤੁਹਾਨੂੰ ਸਟਾਰਟਿੰਗ ਦੇ ਵਿੱਚ ਨਹੀਂ ਪਤਾ ਲੱਗਣਾ ਗੱਲ ਕਿੱਧਰ ਨੂੰ ਜਾ ਰਹੀ ਹੈ ਜਦੋਂ ਤੁਸੀਂ ਐਂਡ ਦੇਖੋਗੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੇ ਅੱਖ ਚ ਅੱਥਰੂ ਨਾ ਆਏ ਹੋਣ
और पंजाब के हालात को देखते जो फिल्म बनाई है और मैं लगता कि ये फिल्म अगर 2 साल या 3 साल अड़ी रही है तो लेट हो गया क्योंकि पंजाब बहुत नशे से सड़क गर्क चुका है। अगर 2-3 साल जो फिल्म बनी सी उदों आई होंगी तो कितना कितना पंजाब का होर भला हो जाता और फिल्म बहुत सोहनी बनाई है। पूरी टीम को इन्हों के प्रोड्यूसर जिन्हें भी टीम के मैंबर है सारे बहुत बहुत मुबारक और प्लीज़ मैं हाथ जोड़ के बेनती करता कि जिन्हें भी पंजाब के नौजवान है इस फिल्म को थिएटर से देख आओ और मेरी गुजारिश है इस इन्हों के प्रोड्यूसर कि जल्द तो जल्द अगर इन्होंने होर सोशल मीडिया से फिल्म को फैलाया जाए तो शायद पंजाब का होर भला हो जाएगा। निंजा की एक्टिंग बहुत सोहनी सारे ने बहुत सोहना काम किया। थैंक यू। सारी स्टार कास्ट आ जाए फिर आप शुरू कर दे सारी गल और तुम ठीक ठाक हो हाँ ना करी दी होंगी ठीक ठाक हो बनाना चाहिया और जो असी पंजाबी सिनेमे लई जो करना चाहते सी जां कंटेंट लई जो सानू लगदा सी कि ओह बेहतरी लई करना चाहीदा ओह थोड़ियां उम्मीदां ते असी खरे उतरे आ कि नहीं तुसीं इह थोड़ी मैनूं लगदा वी थोड़े सारिआं दे बोल और थोड़े वर्ड्स ही साडे लई सब तो वड्डा तोहफा क्योंकि मैं बहुत सैटिस्फाई हाँ परमात्मा अगर मेहनत में रंग ला है तो मैं आस करूंगा भी फिल्म भी ऐसा रंग चढ़ूगी पंजाबी इंडस्ट्री से भी उम्मीद करना बहुत चंगा जाएगा। ਬਈ ਪੁੱਛ ਲਓ ਬਈ ਕੋਈ ਸਵਾਲ ਹੈਗਾ ਤੇ ਨਿੰਜੇ ਵੀਰੇ ਲੁੱਕ ਤੇ ਬਹੁਤ ਕੰਮ ਕੀਤਾ ਗਿਆ। ਹਾਂਜੀ ਉਹਦੀ ਲੁੱਕ ਤੇ ਬਹੁਤ ਕੰਮ ਕੀਤਾ ਗਿਆ ਮਤਲਬ ਐਂਦਾ ਹੀ ਹੁੰਦਾ ਸੀ ਕਿ ਬਾਕੀ ਇਹ ਬੰਦੇ ਨੂੰ ਜਾਂਦੀ ਸੱਚੀ ਚੜਾਈ ਆ ਜਦੋਂ ਦੇਖਿਆ ਤਾਂ ਤੁਸੀਂ ਕੀ ਫੀਲ ਕੀਤਾ? ਬਈ ਮੈਂ ਆਪਣੇ ਆਪ ਨੂੰ ਬਹੁਤ ਸਰਪ੍ਰਾਈਜ਼ ਹੋਇਆ ਕਿਉਂਕਿ ਜਦੋਂ ਕੰਮ ਕਰਦੇ ਹੁੰਦੇ ਹੋ ਉਦੋਂ ਇੰਨਾ ਜ਼ਿਆਦਾ ਨਹੀਂ ਪਤਾ ਲੱਗਦਾ ਵੀ ਤੁਸੀਂ ਕਿਸ ਤਰੀਕੇ ਦੇ ਲੱਗ ਰਹੇ ਹੋ ਪਰ ਮੈਂ ਉਮੀਦ ਜਿਹੜੀ ਉਮੀਦ ਮੈਨੂੰ ਮੇਰੀ ਮਿਹਨਤ ਤੋਂ ਸੀਗੀ ਵੀ ਮੈਂ ਨਿੰਜਾ ਨਹੀਂ ਮੈਂ ਮਿੰਟੂ ਲੱਗਣਾ ਚਾਹੀਦਾ ਤਾਂ ਮੈਨੂੰ ਲੱਗਿਆ ਜ਼ਰੂਰ ਵੀ ਮੈਂ ਮਿੰਟੂ ਹੀ ਦੇਖ ਰਿਹਾ ਤੁਹਾਨੂੰ ਕਿਤੇ ਨਿੰਜਾ ਤਾਂ ਨਹੀਂ ਦੇਖਿਆ ਤੁਹਾਨੂੰ ਮਿੰਟੂ ਹੀ ਦੇਖਿਆ ਬਸ ਇਸ ਲਈ ਤੁਹਾਡਾ ਸਾਰਿਆਂ ਦਾ ਸ਼ੁਕਰ ਹੈ ਜੀ। ਥੈਂਕ ਯੂ ਸੋ ਮਚ। ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਡਾਇਰੈਕਟਰ ਨੂੰ ਬਹੁਤ ਪਿਆਰ ਹੁੰਦਾ ਹੈ ਬਹੁਤ ਮਿਹਨਤ ਲੱਗੀ ਉਸ ਡਾਇਰੈਕਟਰ ਨੇ ਸਕ੍ਰੀਨ 'ਤੇ ਦੇਖ ਕੇ ਆਪਣੇ ਆਪ ਨੂੰ ਐਸਾ ਗੱਲ ਬਈ ਕੀ ਹੁੰਦਾ ਤੁਸੀਂ ਫਿਲਮ ਨੂੰ ਦੇਖ ਲੈਂਦੇ ਹੋ ਤੁਹਾਨੂੰ ਨਹੀਂ ਜੱਜਮੈਂਟ ਹੁੰਦੀ ਸੋ ਬਹੁਤ ਵਾਰ ਤੁਹਾਡੇ ਵੀ ਨਹੀਂ ਨੇੜੇ ਆ ਜਾਂਦੀ ਹੈ ਕਿ ਤੁਹਾਨੂੰ ਨਹੀਂ ਪਤਾ ਲੱਗਦਾ ਸੋ ਅੱਜ ਜਿਹੜਾ ਆਡੀਅੰਸ ਦਾ ਰਿਸਪੌਂਸ ਮਿਲ ਰਿਹਾ ਜਾਂ ਸਭ ਕੁਝ ਹੋਇਆ ਤਾਂ ਬਹੁਤ ਵਧੀਆ ਲੱਗਿਆ ਇੱਕ ਜੈਨੂਨ ਜਿਹਾ ਲੱਗਾ ਤੋਂ ਬਾਈ ਪ੍ਰੇਮ ਦਾ ਬਹੁਤ ਬਹੁਤ ਥੈਂਕ ਯੂ ਕਿਉਂਕਿ ਬਾਈ ਪ੍ਰੇਮ ਨੇ ਫਿਲਮ ਸੋਚੀ ਸਮਝੀ ਕਿਰਦਾਰ ਨਿਭਾਏ ਸਾਨੂੰ ਐਕਟਿੰਗ ਕਰਕੇ ਦੱਸਿਆ ਸੋ ਸਭ ਤੋਂ ਵੱਡਾ ਕ੍ਰੈਡਿਟ ਮੈਨੂੰ ਤਾਂ ਬਾਈ ਪ੍ਰੇਮ ਹੋ ਜਾਂਦਾ ਬਿਕੋਜ਼ ਕੈਪਟਨਸ਼ਿਪ ਆ ਬਾਈ ਦੋ ਸ਼ਬਦ ਕਹੋ ਅਸੀਂ ਤਾਂ ਬਾਈ ਜੋ ਕਹਿਣਗੇ ਅਸੀਂ ਕਰਦਾਂਗੇ ਹੈ ਨਾ ਬਾਕੀ ਬਾਈ ਦਾ ਮੈਨੂੰ ਲੱਗਦਾ ਕਿ ਕ੍ਰੈਡਿਟ ਬਹੁਤ ਜ਼ਿਆਦਾ ਬਾਈ ਪ੍ਰੇਮ ਹੋ ਜਾਂਦਾ ਬਾਈ ਅਸੀਂ ਇੱਕ ਪੇਪਰ ਦਿੱਤਾ ਸੀਗਾ ਅੱਜ ਉਹਦਾ ਰਿਜ਼ਲਟ ਆਇਆ ਆਇਆ ਆ ਰਿਹਾ ਹੈ ਨਾ ਹੌਲੀ ਹੌਲੀ ਨੰਬਰ ਮਿਲ ਰਹੇ ਨੇ ਤੁਹਾਡੇ ਵੱਲੋਂ ਮਿਲ ਰਹੇ ਆ ਤੇ ਬਾਕੀ ਆਡੀਅੰਸ ਦੱਸੂਗੀ ਬਈ ਅਸੀਂ ਜੋ ਕਹਿਣਾ ਸੀ ਉਹ ਕਹਿਤਾ ਤੁਸੀਂ ਲੋਕ ਦੱਸੋਗੇ ਜੇ ਤੁਹਾਨੂੰ ਚੰਗੀ ਲੱਗੀ ਇਹ ਫਿਲਮ ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਇਹਨੂੰ ਹੋਰ ਬਹੁਤ ਲੋਕਾਂ ਤੱਕ ਫੈਲਾਓਗੇ ਤਾਂ ਕਿ ਵੱਧ ਤੋਂ ਵੱਧ ਲੋਕ ਹੈ ਜਿਹੜੇ ਇਹਨੂੰ ਦੇਖਣ। ਹਾਂਜੀ ਬਹੁਤ ਸੋਹਣੀ ਮੈਂ ਖੁਦ ਕਹਿ ਰਹੀ ਹਾਂ ਸਨ ਆਡੀਅੰਸ ਬਹੁਤ ਸੋਹਣੀ ਮੂਵੀ ਬਣਾਈ ਹੈ ਤੁਸੀਂ ਐਂਡ ਆਪਾਂ ਨਹੀਂ ਪਰ ਆਈ ਥਿੰਕ ਡਾਇਰੈਕਟਰ ਐਂਡ ਤੁਹਾਡਾ ਸਾਰਿਆਂ ਦਾ ਮੇਰੇ ਨਾਲੋਂ ਵੱਧ ਸਾਡੀ ਸਾਡੀ ਮੇਰੇ ਨਾਲ ਮੇਰੀ ਨਹੀਂ ਹੁੰਦੀ ਫਿਲਮ ਸਾਡੀ ਹੁੰਦੀ ਹਮੇਸ਼ਾ ਸੋ ਮੈਨੂੰ ਇਹ ਲੱਗਦਾ ਮੈਂ ਦੀ ਤੁਸੀਂ ਫਿਲਮ ਦੇਖੀ ਤੇ ਮੈਂ ਆਪਣੇ ਕੈਰੈਕਟਰ ਦਾ ਪੂਰੇ ਇਕੱਠੇ ਫਿਲਮ ਦੇਖ ਕੇ ਸਾਰਿਆਂ ਦੇ ਵਿੱਚ ਇਕੱਠੇ ਸਾਰਿਆਂ ਦਾ ਫਿਲਮ ਦੇਖ ਕੇ ਕਿਵੇਂ ਲੱਗਿਆ? ਵਧੀਆ ਲੱਗਿਆ ਜਦੋਂ ਮੈਂ ਮਨਦੀਪ ਜੀ ਨੂੰ ਅੱਜ ਮਿਲੀ ਹਾਂ ਉਹਨਾਂ ਨੇ ਖੁਦ ਮੈਨੂੰ ਕਿਹਾ ਕਿ ਬਾਕੀ ਤੁਸੀਂ ਮੇਰੇ ਕਿਰਦਾਰ ਨਾਲ ਜਸਟੀਫਿਕੇਸ਼ਨ ਕੀਤੀ ਹੈ ਬਾਕੀ ਮੈਂ ਇਦਾਂ ਦੀ ਸੀ ਐਂਡ ਲੁੱਕ ਵੀ ਉਦਾਂ ਦੀ ਸੀ ਐਂਡ ਮੇਰੇ ਹਾਵ ਭਾਵ ਐਂਡ ਮੇਰੇ ਫੀਲਿੰਗਸ ਵੀ ਇਦਾਂ ਸੀਗੇ ਸੋ ਮੈਨੂੰ ਵਧੀਆ ਲੱਗਿਆ ਕਿ ਰੀਅਲ ਮਨਦੀਪ ਐਂਡ ਰੀਅਲ ਮਨਦੀਪ ਵਿੱਚ ਉਹ ਮੈਂ ਜਸਟੀਫਿਕੇਸ਼ਨ ਦੇ ਪਾਈ ਬਟ ਮੇਰੇ ਨਾਲੋਂ ਜ਼ਿਆਦਾ ਲਾਈਕ ਮੈਂ ਚਲੋ ਇੱਕ ਸਮਾਲ ਹਿੱਸਾ ਹੈ ਜੋ ਪ੍ਰੇਮ ਜੀ ਨੇ ਕੀਤਾ ਜੋ ਇੱਧਰ ਸਰ ਨੇ ਕੀਤਾ ਇਹਨਾਂ ਨੇ ਸਾਰੇ ਜਾਣੇ ਨੇ ਮੇਰੇ 5 ਫਰੈਂਡਸ ਨੇ ਉਹਨਾਂ ਦੀਆਂ ਸਟੋਰੀਆਂ ਅਸੀਂ ਤਾਂ ਸਿਰਫ ਆਈ ਫੀਲ ਕਿ ਵੀ ਜਸਟ ਯੂ ਨੋ ਥੋੜ੍ਹਾ ਏਡ ਕਰ ਰਹੇ ਹਾਂ ਸਪੋਰਟ ਕਰ ਰਹੇ ਹਾਂ ਬਟ ਓਨੈਸਟਲੀ ਜਿੰਨੀ ਮਿਹਨਤ ਇਹਨਾਂ 5 ਫਰੈਂਡਸ ਦੀ 5 ਮੁੰਡਿਆਂ ਦੀ ਡਾਇਰੈਕਟਰ ਦੀ ਲੱਗੀ ਹੈ ਮੈਂ ਬਹੁਤ ਛੋਟੀ ਹਾਂ ਉਸ ਉਸਦੇ ਸਾਹਮਣੇ ਐਂਡ ਵੈਰੀ ਵੈਲ ਡਨ ਵੈਰੀ ਹੈਪੀ ਕਿ
ਇਹਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹੜੇ ਨਸ਼ੇ ਵਾਲਾ ਮੁੱਦਾ ਹੈ ਉਹਨੂੰ ਇੰਨੀ ਸੱਚਾਈ ਖੂਬਸੂਰਤ ਐਂਡ ਖੂਬਸੂਰਤੀ ਐਂਡ ਸੈਂਸਿਟਿਵਲੀ ਅਤੇ ਮੇਜਰਲੀ ਸੱਚਾਈ ਨਾਲ ਦਿਖਾਇਆ ਗਿਆ ਸੋ ਇੱਦਾਂ ਲੱਗ ਰਿਹਾ ਸੀ ਕਿ ਸੱਚੀ ਨਸ਼ੇ ਕਰ ਰਹੇ ਨੇ ਸੱਚੀ ਨਸ਼ੇੜੀ ਨੇ ਸੱਚੀ ਮਤਲਬ ਇਹ ਹੋ ਰਿਹਾ ਲਾਈਕ ਨਫ਼ਰਤ ਹੁੰਦੀ ਸੀ ਦੇਖ ਕੇ ਜੋ ਹੋਣੀ ਚਾਹੀਦੀ ਸੀ ਪਰ ਬਾਅਦ ਵਿੱਚ ਠੀਕ ਹੋ ਜਾਂਦਾ ਆਪਣੇ ਆਪ ਨੂੰ ਦੇਖ ਕੇ ਇਮੋਸ਼ਨਲ ਵੀ ਹੋਏ ਦੇਖ ਕੇ ਆਪਣੇ ਕਿਰਦਾਰ और हल्का फुल्का मेरे लिए भी जिंदगी दे विच इमोशन दे उत्ते मैं हमेशा अपनी करियर नूं चलाया क्योंकि मेरे गाने चाहे मेरी एक्टिंग वो इमोशन दे उत्ते बहुत डिपेंड करती है सो इमोशनल होना तो लाजमी सीगा उस चीज़ नूं देखिया और चंगा लगे थानू पसंद आ रहा सब तो वधिया गल ਜੇ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ ਅਸੀਂ ਆਪਣੀ ਨੌਜਵਾਨੀ ਨੂੰ ਸਾਂਭਣਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਸਾਡੀ ਨੌਜਵਾਨੀ ਆਪਣੀ ਜੜ੍ਹਾਂ ਨਾਲ ਜੁੜੀ ਰਹੇ ਤਾਂ ਮੈਂ ਇਹ ਬੇਨਤੀ ਕਰਾਂਗਾ ਕਿ ਇਹ ਫਿਲਮ ਜ਼ਿੰਦਗੀ ਜ਼ਿੰਦਾਬਾਦ ਜ਼ਰੂਰ ਦੇਖੋ ਅਤੇ ਜ਼ਿੰਦਗੀ ਜ਼ਿੰਦਾਬਾਦ ਕਹੋ ਜ਼ਿੰਦਗੀ ਜ਼ਿੰਦਾਬਾਦ ਕਰੋ ਇਹ ਤਾਂ ਹੀ ਹੋਊਗਾ ਜਿਸ ਤਰੀਕੇ ਪਾਸੇ ਨੂੰ ਸਾਡੀ ਨੌਜਵਾਨੀ ਜਾ ਰਹੀ ਹੈ ਇਹ ਫਿਲਮ ਦੇਖ ਇੱਕ ਇੱਕ ਪ੍ਰੇਰਨਾ ਹੈ ਸਾਡੇ ਲਈ ਕਿ ਅਸੀਂ ਕਿਵੇਂ ਆਪਣੇ ਬੱਚਿਆਂ ਨੂੰ ਕਿਵੇਂ ਬਚਾਉਣਾ ਅਸੀਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਅਸੀਂ ਆਪਣੇ ਪੰਜਾਬ ਨੂੰ ਕਿਵੇਂ ਬਚਾਉਣਾ ਇਸ ਲਈ ਫਿਰ ਅਪੀਲ ਹੈ ਕਿ ਇਹ ਫਿਲਮ ਜ਼ਰੂਰ ਦੇਖਿਓ ਥੈਂਕ ਯੂ ਨਾਰਾ ਬਣ ਜਾਣਾ ਚਾਹੀਦਾ ਜਿਹੜਾ ਅਸੀਂ ਰੋਜ਼ ਸਵੇਰੇ ਉੱਠ ਕੇ ਆਪਣੇ ਆਪ ਨੂੰ ਕਹੀਏ ਕਿਉਂਕਿ ਹਰ ਕੋਈ ਇਨਸਾਨ ਕੋਈ ਨਾ ਕੋਈ ਚੈਲੰਜ ਫੇਸ ਕਰ ਰਿਹਾ ਜ਼ਿੰਦਗੀ ਚ ਜੀ ਇਹ ਨਾਰਾ ਆਲਰੇਡੀ ਬਣਿਆ ਹੋਇਆ ਜ਼ਿੰਦਗੀ ਜ਼ਿੰਦਾਬਾਦ ਮੇਰੀ ਇੱਕ ਆਦਤ ਹੈ ਕਿ ਮੈਂ ਧੱਕੇ ਨਾਲ ਕਿਸੇ ਚੀਜ਼ ਦਾ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ ਹੁੰਦਾ ਸੋ ਜ਼ਿੰਦਗੀ ਜ਼ਿੰਦਾਬਾਦ ਦੋ ਬੰਦਿਆਂ ਨੇ ਇਸ 'ਤੇ ਬਹੁਤ ਕੰਮ ਕੀਤਾ ਮਿੰਟੂ ਗੁਰੂ ਸਰੀਆ ਬਾਈ ਉਹਨਾਂ ਨੇ ਜ਼ਿੰਦਗੀ ਜ਼ਿੰਦਾਬਾਦ ਨੂੰ ਬਹੁਤ ਫੈਲਾਇਆ ਜ਼ਿੰਦਗੀ ਜ਼ਿੰਦਾਬਾਦ ਨਾਰੇ ਨੂੰ ਫਿਲਮ ਨੂੰ ਨਹੀਂ ਨਾਰੇ ਨੂੰ ਉਸ ਤੋਂ ਬਾਅਦ ਸਾਡੇ ਰਾਣਾ ਰਣਵੀਰ ਬਾਈ ਜੀ ਹੈ ਨਾ ਉਹਨਾਂ ਦੀ ਕਿਤਾਬ ਦਾ ਨਾਮ ਸੀਗਾ ਜ਼ਿੰਦਗੀ ਜ਼ਿੰਦਾਬਾਦ ਸਾਡੀ ਫਿਲਮ ਦਾ ਨਾਮ ਜ਼ਿੰਦਗੀ ਜ਼ਿੰਦਾਬਾਦ ਉਹਨਾਂ ਦੀ ਕਿਤਾਬ ਦਾ ਨਾਮ ਜ਼ਿੰਦਗੀ ਜ਼ਿੰਦਾਬਾਦ ਸੀ ਸੋ ਬਾਈ ਰਾਣਾ ਰਣਵੀਰ ਜੀ ਜਿੱਥੇ ਵੀ ਕਿਤੇ ਮੋਟੀਵੇਸ਼ਨਲ ਸਪੀਕਰ ਬਣ ਕੇ ਜਾਂਦੇ ਸੀ ਮੋਟੀਵੇਸ਼ਨਲ ਸਪੀਚ ਦੇਣ ਜਾਂਦੇ ਸੀ ਤਾਂ ਹਰ ਜਗ੍ਹਾ ਦੇ ਉੱਪਰ ਜ਼ਿੰਦਗੀ ਜ਼ਿੰਦਾਬਾਦ ਦਾ ਨਾਰਾ ਦਿੰਦੇ ਸੀ ਮੈਂ ਤਾਂ ਈਵਨ ਕਿ ਆਪਦੀ ਫਿਲਮ ਬਣਾਉਣ ਵਾਸਤੇ ਉਹਨਾਂ ਤੋਂ ਇਹ ਸ਼ਬਦ ਇੱਕ ਤਰ੍ਹਾਂ ਦਾ ਲਿਆ ਹੈ ਨਾ ਸੋ ਜ਼ਿੰਦਗੀ ਜ਼ਿੰਦਾਬਾਦ ਨਾਰੇ ਨੂੰ ਰਾਣੇ ਰਣਵੀਰ ਬਾਈ ਹੋਰਾਂ ਨੇ ਬਹੁਤ ਜ਼ਿਆਦਾ ਫੈਲਾਇਆ ਸੋ ਕਿਉਂਕਿ ਸਾਡੀ ਫਿਲਮ ਵਾਸਤੇ ਇਹ ਟਾਈਟਲ ਬਹੁਤ ਜ਼ਿਆਦਾ ਢੁੱਕਵਾਂ ਸੀ ਬਹੁਤ ਸੂਟੇਬਲ ਸੀ ਬਹੁਤ ਜ਼ਿਆਦਾ ਢੁੱਕਵਾਂ ਸੀ ਸੋ ਇਸ ਕਰਕੇ ਅਸੀਂ ਫਿਲਮ ਦਾ ਟਾਈਟਲ ਰੱਖਿਆ ਜ਼ਿੰਦਗੀ ਜ਼ਿੰਦਾਬਾਦ ਸੋ ਮੇਰੇ ਖਿਆਲ ਦੇ ਵਿੱਚ ਬਹੁਤ ਲੋਕ ਨੇ ਜਿਹੜੇ ਰਾਣੇ ਰਣਵੀਰ ਬਾਈ ਵਰਗੇ ਜਿਹੜੇ ਪਹਿਲਾਂ ਤੋਂ ਜ਼ਿੰਦਗੀ ਜ਼ਿੰਦਾਬਾਦ ਦੇ ਨਾਰੇ ਨੂੰ ਬਹੁਤ ਪ੍ਰਮੋਟ ਕਰ ਰਹੇ ਨੇ ਸੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜ਼ਿੰਦਗੀ ਜ਼ਿੰਦਾਬਾਦ ਜਿਹੜਾ ਨਾਰਾ ਇਹ ਹੋਰ ਵੀ ਬਹੁਤ ਜ਼ਿਆਦਾ ਪ੍ਰਮੋਟ ਹੋਣਾ ਚਾਹੀਦਾ ਕਿਉਂਕਿ ਇਹ ਇੱਕ ਸਾਡੀ ਜ਼ਿੰਦਗੀ ਦੇ ਵਿੱਚ ਊਰਜਾ ਭਰਨ ਵਾਲਾ ਇੱਕ ਸ਼ਬਦ ਹੈ ਤੁਹਾਨੂੰ ਪਰਸਨਲੀ ਕੀ ਲੱਗਦਾ ਫਿਲਮ ਦਾ ਹਿੱਸਾ ਵੀ ਉਹ ਅਤੇ ਪਰਸਨਲੀ ਕੀ ਲੱਗਦਾ ਕਿ ਜ਼ਿੰਦਗੀ ਜ਼ਿੰਦਾਬਾਦ ਦਾ ਜਿਹੜਾ ਨਾਰਾ ਜਾਂ ਫਿਰ ਇਨਸਾਨ ਜਦੋਂ ਡਾਊਨਫਾਲ 'ਚ ਹੁੰਦਾ ਆ ਤਾਂ ਉਦੋਂ ਇਹ ਨਾਰਾ ਕਿਵੇਂ ਸਪੋਰਟ ਕਰਦਾ ਹੈ ਅਤੇ ਕਿਹੜੀ ਸਟੇਜ 'ਤੇ ਸਾਨੂੰ ਆਪਣੇ ਆਪ ਨੂੰ ਮੋਟੀਵੇਟ ਕਰਨਾ ਜ਼ਰੂਰੀ
एक्चुअली जिंदगी जिंदाबाद मतलब ये जिंदगी नूं जिंदाबाद करना अपने ही हाथ च है ना कि मतलब जो भी इदा दी सिचुएशन आउंदियां ने उस टाइम एक तो थोड़ा जिहड़ा नेड़े वाला सर्कल और फैमिली है ना वह बहुत सपोर्ट करती है तो थोनों मतलब उस जो टाइम पीरियड होंगे थोड़ा डाउनफॉल वाला उस हिम्मत नहीं हारनी चाहिए और कोई भी यहोजी चीज़ नहीं गी कि जी तुम ना कर सको और जिंदगी जिंदाबाद मतलब जो हिम्मत होनी चाहिए है हर कोई कर सकता। अच्छा फिल्म दे विच ना चीज़ां बहुत बारीकी नाल दिखाई गई हैं चाहे सिनेमैटिकली गल करिए या फिर क्रिएटिवली गल करिए बहुत चीज़ां ने जिन्हां दे मतलब भी बड़े डीप निकलते हैं फिर चाहे वह मिंटू गुरुसरिया जदों जाते हैं पिछे उन्हां नूं बिठाया हुंदा उन्हां दे दोस्तां ने हस्पताल चों जाते हैं तो अपनी पिस्तौल जाते जाते सुट देंदे ने उत्थे एक कुलजिंदर सिद्धू का सीन आंदा राइट सो जिहड़ी इह ट्रांजिशन है भी की लाइफ तो की बन जाती है उहनूं बनाउण लई की ऑबजर्व कीता सी या उह किवें परफॉर्म होई सी। ऑबजर्व तो जी देखो रियल लाइफ में ऑबजर्व करके ही तुसी चीज़ा ने जिहड़ियां वो बना सकते हो। मैं खुद कॉलेजां दे विच रहा यूनिवर्सिटियां दे विच रहे हाँ आप चीज़ा देखिया ने इना बेसिकली की हुंदा है कि एक बंदा हुंदा जिहदी बहुत ज़्यादा एक रैपूटेशन जी बनी हुंदी है किसी कॉलेज भी हुंदे ने यूनिवर्सिटी हुंदे ने हर कॉलेजां दे विच उदां दे एक बंदे हुंदे ने एक ग्रुप हुंदा जिन्हां दी बहुत चढ़ाई जी हुंदी है वो जो भी काम करते हैं तो उस तो हेठली पीढ़ी उन्होंने देख के वह काम करती है जिमें जे आप फिल्म की गल करिए एक कुलजिंदर सिद्धू है जिन्हों देख के निंजे का जो किरदार है मिंटू का जो किरदार है वह वर्गा बनना चाहता है वह जो उन्होंने कहानियां सुना अपन इमेजिन करता है कि मैं भी उदा कर रहा वो वर्गा बनना चाहता है उन्होंने देख के अगे तीजी पीढ़ी उस तो भी एक छोटा लॉट है जो जो हूँ इन्ना वर्गा बनना चाहता है। सो मैं जो महसूस किया आपके कॉलेज के दिन के दौरान यूनिवर्सिटी के दिन दौरान कि जिड़िया यह माड़िया कड़िया चल रही ने ना एक कड़ी तो दूजी कड़ी तीजी कड़ी एक कड़ी कितने ना कि ब्रेक करने वाली है जे ये कड़ी ब्रेक हो जाए तो फिर अगलिया चीज़ा सुधर सकती ने है ना। सो वो फिर जदों उतों जा रहा है उस रिक्शे जी के उपर बैठा जिथे पिस्तौल सिड़दा जो वो देखता है कुलजिंदर सिद्धू नूं कि जो कह रहा मेरा कॉलेज है तो पागल हो चुक्या सो देखता है कि जी तो इंप्रैस हो के मैं इतने आया इस दलदल दे विच उहदा ये हाल हो चुक्या है मेरा आ हाल हो चुक्या है तो हुण जिहड़े साढ़े तो इंप्रैस हो के तीजी जिहड़ी पीढ़ी है उन्हां दा भी यही हाल होगा उन्हां नूं देख के कोई होर आउणगे इसलिए वह पिस्तौल सुटदा। सो मैनूं हमेशा लगता हुंदा कि उह सानूं कड़ी एक बारी ब्रेक करनी पऊगी। अच्छा फिल्मां दा गीतां दा या कह लिए एंटरटेनमेंट दा जिंदगी ते बहुत सीधे तौर पर प्रभाव पैंदा जदों रणजीत बावा ने महाराणी जिंद कौर की किताब का नाम लिया तो वह किताबा विकनिया शुरू हो गई सी। सो ये फिल्म भी रियलिटी के नेड़े है जिवें कि मिंटू गुरुसरिया होर की जिंदगी ते बनी है तो फिल्मां दा रियलिटी के नेड़े होना कितना क जरूरी है। बहुत ज़्यादा जरूरी है जी क्योंकि जिहड़ा सिनेमा जिहड़ियां फिल्मां ने कोई भी आर्ट का वर्क है वह साडी जिहड़ी सोशल लाइफ है उहदी एक रिफलैक्शन हुंदी है असीं कहिंदे आ कि फिल्मां समाज का शीशा हुंदियां ने। सो जिन्ना ज़्यादा असीं इन्हां नूं रीयल रख के बनावांगे उन्ना यह समाज नूं बहुत नेड़ियों दिसणगियां लोकां नूं लोकां वर्गियां लगणगियां ते समाज दीआं सच्चाइयां नूं जदों तुसीं बयान करना तां उहनूं तुसीं रियलिटी दे विच ही कर सकदे हो जे तुसीं हाँ जां तां तुसीं टोटली एक फिक्शनल सिनेमा बना रहे हो टोटली फिक्शनल सिनेमा फिर तुहाडे कोले पूरी लिबर्टी है जदों तुसीं कोई सच्चाई की गल करन आउंदे हो तां तुहानूं समाज के बहुत नेड़े रख के ही वह चीज़ बनाउणी पऊगी तां ही उहदा एक सही प्रभाव पै सकदा। जदों असीं गल करदे आ नशियां दी या फिर अजिहियां चीज़ां दी उदों कहा जांदा है कि ठीक है इन्हां दा विआह कर दो या फिर जदों कोई भी मुंडा या कोई भी परिवारक मैंबर नशे च पै जांदा है सब तो वध सफर उस करदियां औरतां करदियां ने। सो इस फिल्म नूं देख के फिल्म नूं करदे हुए की फील कीता है परसनली भी वह औरतों की जिंदगी किहो जिही हो जाती है तो उन्होंने किन्ना सफर कर एक्चुअली कि जो नशे कर रहे हूँ आप इस भी जो आप करैक्टर देखे नशे कर रहे हैं वह तो कर रहे हैं वो अपनी दुनिया च मस्त आ बट सफर उन्होंने पिछे उन्होंने मदर कर रही सिस्टर कर रही वाइफ कर रही कि उन्होंने की बीतदियाँ है ना कि वह नहीं उन्होंने सिचुएशन समझते कि वह बेचारियाँ किदा सफ़र कर रही हैं कि उन्होंने लाइफ पार्टनर की कर रहा है कि उन्होंने बहुत सफ़र करना पैदा। कहानी कल मिंटू गुरुसरिया के आले दुआले भी घूम सकती सी पंज दोस्तों की कहानी दिखाना तो सबनों एक पैरलली स्पेस देना तो सब का बैकग्राउंड भी क्लीयर करना भी कि मजबूरी या कि जिंदगी की होया ये करना जरूरी क्यों समझे तो मैं कहूँगी भी बहुत सोहना उस चीज़ को दर्शाया भी समाज कदे भी कल्ले बंदे दा नहीं हुंदा जी एक समाजिक फिल्म है सो समाज दे विच बहुत कहानियां बहुत किरदार है जिहड़े वह तुर रहे हुंदे ने है ना फिर उस तो बाद हर किसी की जिंदगी का जो तुसी नशियां दी गल करिए मन लो आपां एक एंगल हुंदा है मिंटू गुरुसरिया उहदी मां भुगत रही सी उन्हां दिनां दे दौरान
पर उस वेले किसी के घर वाली भी भुगत रही थी, वह भी दिखाना जरूरी सी। उस दौरान किसी की भैन भी भुगत रही थी, वह भी किसी की बेटी भुगत रही थी, वह भी किसी का प्यो भुगत रहा है, वह भी वह सारिया चीज़ा दिखाया जरूरी सी। वो तुसी एक किरदार के थ्रू फिर सारा समुचता च नहीं दिखा सकते, है ना। सो इस करके वो जिहड़ियां बाकी दियां कहानियां सी वो जरूरी सी, तां कि असी जिन्ने वध तो वध आस्पैक्ट इहदे च लैके आ सकीए, वध तो वध एंगल इहदे च लैके आ सकीए, ते वध तो वध लोक इहनूं रिलेट करन, उहदे पिछे मेन मकसद इही सी। हाँ, इहदे च इह जरूर है कि मैं जे परसनली गल करां तां मैं कल्ला बंदा तंग बहुत होया, क्योंकि इह स्क्रीन प्ले बहुत ज़्यादा टफ सी। इस फिल्म का पंजे कहानियां नूं गुण के लैके आना, उन्हां नूं पैरलल चलाना, एक बैलेंस करके लैके आना, सारयां दा स्टार्ट ते एंड भी देना। फिर जिहड़ा कुलजिंदर सिद्धू वाला करैक्टर है, वह विच छेवां करैक्टर सी, वह भी बिच बुन के लैके आना, यह बहुत ज़्यादा टफ काम सीगा। सो इहदे वास्ते मैं 3 to 4 महीने, मेरे याद है मेरा विआह सी उस वेले, सो मैं अपने विआह ते भी डे टू डे ही गया सी, उसे 2 दिन पहले ही मैं घर पहुँचा। सो जिदे मेरा विआह सीगा, सो उस तो अगले दिन ही मैं फिर चंडीगढ़ आ गया। मेरे जो आनंद कार्ज हो रहे थे, मेरे दिमाग चो फिल्म का स्क्रीन प्ले घूम रहा। सो जदों एक कुड़ी का विआह हो जाता है एक अजिहे बंदे नाल जो नशे करता है, या कह लिए जो पार्टनर चाहे बॉयफ्रेंड होवे या हसबेंड होवे, नशे करता है, दो रास्ते होंगे ने। एक तो वह साथ देना, मतलब सपोर्ट करी जानी अपने आप का मन मार के, खुद ना अंदरों लड़ाई लड़ के। दूजा कह लिए भी बहुत सारे लोग इसनों भी सही रास्ता दसते हैं, वी उरी जिंदगी खराब है, तू आपकी जिंदगी ठीक कर ला, तू छड़ के आ जा। परसनली की फील? मैनू परसनली इंज फील हों कि थोनू नैगेटिव नहीं होना चाहिए, कि मतलब वो गॉड ने ही थोड़े लिए चुनिया है ना, कि जिते थोड़ा रिश्ता हो गया तो तुसी पॉजिटिव होकर लगे रहो, तो अपने आप एक ना एक दिन वो आता है कि उस चीज़ें सैट हो जाती है। नहीं चलनी चाहिए। दर्शकों लिए की कहोगे जाते जाते जिंदगी जिंदाबाद? जिंदगी जिंदाबाद है जी। रिश्तों की अहमियत को समझो, रिश्तों को प्यार करना सीखो। दुनिया दी सारियां दुख तकलीफा ने, जिहड़ियां दुख है चाहे खुशी है, उन्हें रिश्तों के वंडना सीखो। खुशियां रिश्तों च वंड के वधदियां ने, दुख रिश्तों च वंड के घटते ने। नशे हथियार इन्हां चीज़ां तो दूर रहो। पंजाबी सिनेमे नूं वध तो वध माण सत्कार ते प्यार दिओ। इस वेले पंजाबी सिनेमे नूं प्यार दी बहुत ज़्यादा लोड़ है। साडी फिल्म आई है, जाके सिनेमा घरां दे विच देखो। जो भी थोनू लगता है फिल्म का चंगा माड़ा, वह तुसी रिव्यू दिओ। सिनेमा देखो, सिनेमे बारे लिखो, सिनेमा बधूगा फुलूगा, ये साडे वास्ते बहुत ज़्यादा जरूरी है। बस वध तो वध जाओ, मतलब फिल्म देखो और अपने रिव्यूज दो कि थोनू किवें लगी, और इन्ना कह सकते कि तुसी निराश नहीं होंगे। थैंक यू सो मच, ऑल द बेस्ट। सो जिवें कि ऑडियंस दी रिव्यू तुसी देखे, स्टारकास्ट नाल आपां गल्लबातां भी कीतियां, फिल्म काफ़ी सोहनी है ते लोगों का काफ़ी चंगा रिस्पोंस आ रहा है। जेकर तुहाडा भी मन एक्साइटेड है फिल्म नूं वेखण जाण दा, जरूर वेख के आओ। तुहाडे नेड़े दे सिनेमाघरां दे विच पहुँच चुकी है फिल्म जिंदगी जिंदाबाद। फिलहाल दे लई मैनूं यानी सिमरन हंस नूं दिओ इजाजत, तुसी जुड़े रहो देसी चैनल दे नाल। धन्यवाद।